ओम शांति 27 सितंबर 2000 हज़ार इक्की बाबा दकार मुरली मीठे बच्चे योग बल नाल ही आपदे विकर्मा ते जीत पाके विकर्मा जीत बनना है बाबा की है कि मीठे बच्चे योग बल नाल ही तुसी आपदे विकर्मा उत्ते ਮਨਾ ਕੀ ਸਾਡੇ ਜਿਹੜੇ ਪਾਪ ਕਰਮ ਨੇ ਉਹਨਾਂ ਉੱਤੇ ਜਿੱਤ پا ਕੇ ਆਪਾਂ ਕੀ ਬੰਨਾ ਹੈ ਵਿਕਰਮਾ ਜੀਤ ਬੰਨਣਾ ਹੈ ਫਿਰ ਪ੍ਰਸ਼ਨ ਹੈ ਕਿਹੜਾ ਖਿਆਲ ਪੁਰਸ਼ਾਰਥੀ ਬੱਚਿਆਂ ਨੂੰ ਵੀ ਪੁਰਸ਼ਾਰਥ ਹੀਨ ਬਣਾ ਦਿੰਦਾ ਹੈ ਉੱਤਰ ਹੈ ਅਗਰ ਕਿਸੇ ਪੁਰਸ਼ਾਰਥੀ ਨੂੰ ਇਹ ਖਿਆਲ ਆਇਆ ਕਿ ਹੁਣ ਤਾਂ ਬਹੁਤ ਸਮੇ ਪਿਆ ਨਹੀਂ ਪਿੱਛੇ ਗਲਪ ਕਰ ਲਾਂਗੇ बाबा ਕਹਿੰਦੇ ਵੀ ਅਗਰ ਕਿਸੇ ਪੁਰਸ਼ਾਰਥੀ ਨੂੰ ਇਹ ਖਿਆਲ ਆਇਆ ਕਿ ਹਜੇ ਤਾਂ ਬਹੁਤ ਟਾਈਮ ਪਿਆਨੇ ਵੀ ਸਤਿਯੁਗੀ ਦੁਨੀਆ ਵੀ ਚਾਂਚ ਵੀ ਹਜੇ ਤਾਂ ਬਹੁਤ ਟਾਈਮ ਪਿਆਨੇ ਵੀ ਅਸੀਂ ਪਿੱਛੇ ਕਰ ਲਵਾਂਗੇ ਗੈਲਪ ਕਰ ਲਵਾਂਗੇ ਪਰੰਤੂ ਬਾਬਾ ਸਮਝਾਉਂਦੇ ਨੇ ਬੱਚੇ ਮੌਤ ਦਾ ਸਮਾਂ ਨਿਸ਼ਚਿਤ ਥੋੜਾ ਹੀ ਹੈ ਕੱਲ ਕੱਲ ਕਰਦੇ ਮਰ ਜਾਵਾਂਗੇ ਤਾਂ ਕਮਾਈ ਕੀ ਹੋਊਗੀ ਇਸ ਲਈ ਜਿੰਨਾ ਹੋ ਸਕੇ ਸ਼੍ਰੀ ਮਤ ਤੇ ਆਵਦਾ ਤੇ ਦੂਜਿਆਂ ਦਾ ਕਲਿਆਣ ਕਰਦੇ ਰਹੋ ਸਮੇ ਦਾ ਸੋਚ ਕੇ ਪਰਸ਼ਾਰਥਹੀਨ ਮਤ ਬਣੋ ਵੀ ਸਮੇ ਨੂੰ ਸੋਚ ਕੇ ਵੀ ਬਹੁਤ ਸਮੇ ਪਿਆ ਨੇ ਮਾਵਾ ਕਹਿੰਦੇ ਤੁਸੀਂ ਪਰਸ਼ਾਰਥਹੀਨ ਨਾ ਬਣੋ ਗੀਤ ਹੈ ਓਮ ਨਮੋ ਸ਼ਿਵਾਏ ਓਮ ਸ਼ਾਂਤੀ ਇਹੀ ਤਾਂ ਬੱਚਿਆਂ ਨੂੰ ਸਮਝਾਇਆ ਗਿਆ ਨੇ ਕਿ ਨੀਰਾਕਾਰ ਸাকার ਬਗੈਰ ਕੋਈ ਕੰਮ ਨਹੀਂ ਕਰ ਸਕਦੇ। ਪਾਠ ਬਿਜਾ ਨਹੀਂ ਸਕਦੇ। ਰੂਹਾਨੀ ਬਾਪ ਆ ਕੇ ਬ੍ਰਹਮਾ ਦੁਆਰਾ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਆ। ਯੋਗ ਬਲ ਨਾਲ ਹੀ ਸਤੋ ਪ੍ਰਧਾਨ ਬੰਨਾ ਹੈ ਤੇ ਵਿਸ਼ਵ ਦਾ ਮਾਲਿਕ ਬੰਨਾ ਹੈ। ਇਹ ਬੱਚਿਆਂ ਦੀ ਬੁੱਧੀ ਵਿੱਚ ਹੈ। ਕਲਪ-ਕਲਪ ਬਾਪ ਆਕੇ ਰਾਯੋਗ ਸਿਖਾਉਂਦੇ ਨੇ ਬ੍ਰਹਮਾ ਦੁਆਰਾ ਤੇ ਆਦੀ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦੇ ਨੇ ਅਰਥਾਤ ਮਨੁष्य ਨੂੰ ਦੇਵਤਾ ਬਣਾਉਂਦੇ ਨੇ ਮਨੁष्य ਜੋ ਦੇਵੀ ਦੇਵਤਾ ਸੀ ਪਾਵਨ ਸੀ ਉਹ ਹੁਣ ਬਦਲ 84 ਜਨਮਾਂ ਬਾਅਦ ਪਤਿਤ ਬਨ ਗਏ ਨੇ ਭਾਰਤ ਜਦੋਂ ਪਾਰਸਪੁਰੀ ਸੀ ਤਾਂ ਪਵਿੱਤਰਤਾ ਸੁਖ ਸ਼ਾਂਤੀ ਸਭ ਸੀ ਇਹ 5000 ਵਰਸ਼ ਦੀ ਗੱਲ ਹੈ ਤਿਥੀ ਤਾਰੀਖ ਸਹਿਤ ਬਾਪ ਸਾਰਾ ਹਿਸਾਬ ਕਿਤਾਬ ਸਮਝਉਂਦੇ ਨੇ ਕਿ ਇੰਨਾ ਤੋਂ ਉੱਚ ਤਾਂ ਕੋਈ ਹੈ ਹੀ ਨਹੀਂ ਸ੍ਰਿਸ਼ਟੀ ਦੇ ਝਾੜ ਜਿਹਨੂੰ ਕਲਪ ਬ੍ਰਿਕਸ਼ ਕਹਿੰਦੇ ਐ ਉਹਨਾਂ ਦੇ ਆਦ ਮੱਧ ਅੰਤ ਦਾ ਰਾਜ ਬਾਪ ਬੈਠ ਸਮਝਾਉਂਦੇ ਨੇ ਭਾਰਤ ਦਾ ਜੋ ਦੇਵੀ ਦੇਵਤਾ ਧਰਮ ਸੀ ਉਹ ਹੁਣ ਪ੍ਰਾਇ ਲੋਪ ਹੋ ਗਿਆ ਹੈ ਸਿਰਫ ਚਿੱਤਰ ਜ਼ਰੂਰ ਹੈ ਭਾਰਤ ਵਾਸੀ ਜਾਣਦੇ ਨੇ ਕਿ ਸਤਿਯੁਗ ਵਿੱਚ ਲక్ష్ਮੀ ਨਾਰਾਇਣ ਦਾ ਰਾਜੇ ਸੀ ਭਾਵੇਂ ਸ਼ਾਸਤਰਾਂ ਵਿੱਚ ਭੁੱਲ ਕਰ ਦਿੱਤੀ ਹੈ ਕਿ ਜੋ ਕ੍ਰਿਸ਼ਨ ਨੂੰ ਦੁਆਪਰ ਵਿੱਚ ਲੈ ਗਏ ਨੇ ਤਾਂ ਬਾਪ ਆ ਕੇ ਉੱਲ੍ਹੇ ਹੋਏ ਨੂੰ ਰਸਤਾ ਦੱਸਦੇ ਨੇ ਇਹਨੂੰ ਕਹਿੰਦੇ ਨੇ ਮੁਕਤੀ ਜੀਵਨ ਮੁਕਤੀ ਦਾ ਗਾਈਡ ਸਾਰਿਆਂ ਨੂੰ ਮੁਕਤੀ ਜੀਵਨ ਮੁਕਤੀ ਦੇਣ ਵਾਲਾ ਇੱਕ ਹੀ ਹੈ ਭਾਰਤ ਜਦੋਂ ਜੀਵਨ ਮੁਕਤ ਸੀ ਤਾਂ ਬਾਕੀ ਸਭ ਆਤਮਾਵਾਂ ਮੁਕਤੀ ਧਾਮ ਵਿੱਚ ਹੈ ਐਸ ਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਮੁਕਤੀ ਜੀਵਨ ਮੁਕਤੀ ਦਾਤਾ ਰਚੀਤਾ ਇੱਕ ਹੀ ਹੈ ਸ੍ਰਿਸ਼ਟੀ ਵੀ ਇੱਕ ਹੀ ਹੈ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਵੀ ਇੱਕੋ ਹੀ ਹੈ ਜੋ ਰਿਪੀਟ ਹੁੰਦੀ ਹੈ ਸਤਿਉ ਤ੍ਰੇਤਾ ਦਵਾਪਰ ਕਲਯੁਗ ਫਿਰ ਹੁੰਦਾ ਹੈ ਸੰਗਮ ਯੁਗ ਕਲਯੁਗ ਹੈ ਪਤਿਤ ਤੇ ਸਤਿਉਗ ਹੈ ਪਾਵਨ ਸਤਿਉਗ ਹੋਏਗਾ ਤਾਂ ਜ਼ਰੂਰ ਪਹਿਲਾਂ ਕਲਯੁਗ ਦਾ ਵੀ ਵਿਨਾਸ਼ ਹੋਏਗਾ ਵਿਨਾਸ਼ ਤੋਂ ਪਹਿਲਾਂ ਸਥਾਪਨਾ ਹੁੰਦੀ ਹੈ ਸਤਿਯੁਗ ਵਿੱਚ ਸਥਾਪਨਾ ਨਹੀਂ ਹੁੰਦੀ ਭਗਵਾਨ ਆਏਗਾ ਤੈਨੂੰ ਤਾਂ ਪਤਿਤ ਦੁਨੀਆ ਨੂੰ ਪਾਵਨ ਬਣਾਊਗਾ ਹੁਣ ਬਾਪ ਸਹਿਜ ਯੁਕਤੀ ਦੱਸਦੇ ਨੇ ਕਿ ਦੇ ਸਹਿਤ ਦੇ ਦੇ ਜੋ ਵੀ ਸੰਬੰਧ ਨੇ ਪੁੱਲ ਲਜਾਓ ਬਾਪ ਹੈ ਭਗਤਾਂ ਨੂੰ ਫਲ ਦੇਣ ਵਾਲਾ ਭਗਤਾਂ ਨੂੰ ਗਿਆਨ ਦਿੰਦੇ ਨੇ ਪਾਵਨ ਬਨੰਦਾ ਸਾਰਿਆਂ ਨੂੰ ਪਾਵਨ ਬਣਾਉਣ ਵਾਲਾ ਹੈ ਯੋਗ ਗਿਆਨ ਸਾਗਰ ਮੁਖ ਨਾ ਲਾ ਕੇ ਗਿਆਨ ਸੁਣਾਉਂਦੇ ਨੇ ਪਤਿਤਾਂ ਨੂੰ ਪਾਵਨ ਬਣਾਉਂਦੇ ਹੈ ਇਸ ਸਮੇਂ ਸਭ ਆਤਮਾਵਾਂ ਪਤਿਤ ਬਣੀਆ ਨੇ ਐਸੇ ਲਈ ਬਾਪ ਨੂੰ ਬੁਲਾਉਂਦੇ ਨੇ ਕਿਉਂਕਿ ਬਾਪ ਬਗੈਰ ਤਾਂ ਕੋਈ ਪਾਵਨ ਬਣਾ ਨਹੀਂ ਸਕਦਾ ਅਗਰ ਪਤਿਤ ਪਾਵਨੀ ਗੰਗਾ ਹੋਵੇ ਤਾਂ ਫਿਰ ਪਤਿਤ ਪਾਵਨ सीताराम ਕੇਕੇ ਕਿਉਂ ਬੁਲਾਉਂਦੇ ਹਾਂ ਬੁੱਧੀ ਕਹਿੰਦੀ ਹੈ ਨਾ ਕਿ ਪਰਮ ਪਿਤਾ ਪਰਮਾਤਮਾ ਜ਼ਰੂਰ نئی ਦੁਨੀਆ ਦੀ ਸਥਾਪਨਾ ਤੇ ਪੁਰਾਣੀ ਦੁਨੀਆ ਦਾ ਵਿਨਾਸ਼ ਕਰਨਗੇ ਕਲਪ ਬ੍ਰਿਕਸ਼ ਦੀ ਆਯੂਵੀ ਹੁੰਦੀ ਹੈ ਜੋ ਚੀਜ਼ ਜੜ ਜੜੀ ਬੂਤ ਹੋ ਜਾਂਦੀ ਹੈ ਉਹਨੂੰ ਹੀ ਤਮੋ ਪ੍ਰਦਾਨ ਕਿਹਾ ਜਾਂਦਾ ਹੈ ਨਿਊ ਵਰਲਡ ਨਹੀਂ ਕਹਾਂਗੇ ਇਹ ਹੈ ਆਇਰਨ 에ਜਡ ਵਰਲਡ ਇਹ ਸਭ ਗੱਲਾਂ ਬੁੱਧੀ ਵਿੱਚ ਬਿਠਾਈਆਂ ਜਾਂਦੀਆਂ ਨੇ ਔਰਾਂ ਨੂੰ ਸਮਝਾਉਣ ਦੇ ਲਈ ਘਰ ਘਰ ਸੰਦੇਸ਼ ਦੇਣਾ ਦੇਣਾ ਨੇ ਇਹ ਨਹੀਂ ਕਹਿਣਾ ਕਿ ਪਰਮਾਤਮਾ ਆਇਆ ਨੇ ਯੁਕਤੀ ਨਾਲ ਸਮਝਾਣਾ ਨੇ ਬੋਲੋ ਤੁਹਾਡੇ ਦੋ ਬਾਪ ਨੇ ਲੋਕਿਕ ਤੇ ਪਰਲੋਕਿਕ ਦੁੱਖ ਦੇ ਸਮੇਂ ਪਰਲੋਕਿਕ ਬਾਪ ਨੂੰ ਹੀ ਯਾਦ ਕੀਤਾ ਜਾਂਦਾ ਹੈ ਸੁਖ ਧਾਮ ਵਿੱਚ ਕੋਈ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਸਤਿਯੁਗ ਲక్ష్ਮੀ ਨਾਰਾਇਣ ਦੇ ਰਾਜੇ ਵਿੱਚ ਸੁਖ ਸ਼ਾਂਤੀ ਪਵਿੱਤਰਤਾ ਸਭ ਕੁਝ ਸੀ ਬਾਪ ਤੋਂ ਵਰਸਾ ਮਿਲ ਗਿਆ ਫਿਰ ਪੁਕਾਰியே ਕਿਉਂ ਉੱਥੇ ਤਾਂ ਸੁਖ ਹੀ ਸੁਖ ਹੈ ਬਾਪਨੇ ਦੁੱਖ ਦੇ ਲਈ ਦੁਨੀਆ ਥੋੜਾ ਹੀ ਰਚੀ ਹੈ ਇਹ ਤਾਂ ਬਣਾ ਬਨਾਇਆ ਖੇਲ ਹੈ ਜਿਹਦਾ ਜਿੰਨਾ ਜਿੰਨਾ ਜਿਹਦਾ ਪਾਠ ਪਿਛਾੜੀ ਵਿੱਚ ਹੈ ਦੋ ਚਾਰ ਜਨਮ ਲੈਂਦੇ ਨੇ ਬਾਕੀ ਤਾਂ ਸਾਰਾ ਸਮੇਂ ਸ਼ਾਂਤੀ ਧਾਮ ਵਿੱਚ ਰਹਿੰਦੇ ਨੇ ਬਾਕੀ ਖੇਲ ਨਾਲ ਬਾਕੀ ਖੇਲ ਵਿੱਚੋਂ ਕੋਈ ਨਿਕਲ ਜਾਵੇ ਇਹ ਤਾਂ ਹੋ ਨਹੀਂ ਸਕਦਾ ਇੱਕ ਦੋ ਜਨਮ ਲਿੱਤਾ ਬਾਕੀ ਸਮੇ ਜਿਵੇਂ ਕਿ ਮੋਕਸ਼ ਹੈ ਆਤਮਾ ਪਾਟ ਧਰੀ ਹੈ ਕੋਈ ਨੂੰ ਉੱਚਾ ਪਾਟ ਹੈ ਕੋਈ ਦਾ ਘਟ ਗਾਇਆ ਵੀ ਹੋਇਆ ਨੇ ਕਿ ਈਸ਼ਵਰ ਦਾ ਅੰਤ ਕੋਈ ਪਾ ਨਹੀਂ ਸਕਦਾ ਈਸ਼ਵਰ ਹੀ ਆ ਕੇ ਰਚਿਤਾ ਤੇ ਰਚਨਾ ਦੇ ਆਦ ਮధ్య ਅੰਤ ਦਾ ਰਾਜ ਸਮਝਾਉਂਦੇ ਨੇ ਬਾਪ ਸਮਝਾਉਂਦੇ ਹੈ ਕਿ ਮੇ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ ਮੈਂ ਜਿਸ ਤਨ ਵਿੱਚ ਪ੍ਰਵੇਸ਼ ਕਰਦਾ ਹਾਂ ਉਹ ਵੀ ਆਪਦੇ ਜਨਮਾਂ ਨੂੰ ਨਹੀਂ ਜਾਣਦੇ ਮੈਂ ਇਹਨਾਂ ਦੇ 84 ਜਨਮਾਂ ਦੀ ਕਹਾਣੀ ਸੁਣਾਉਂਦਾ ਹਾਂ ਫਿਰ ਵੀ ਕੋਈ ਪਾਟ ਚੇਂਜ ਨਹੀਂ ਹੋ ਸਕਦਾ ਇਹ ਬਨਾ ਬਨਾਇਆ ਖੇਲ ਨੇ ਇਹ ਕਿਸ ਦੀ ਬੁੱਧੀ ਵਿੱਚ ਬੈਠਦਾ ਹੀ ਨਹੀਂ ਬੁੱਧੀ ਵਿੱਚ ਉਦੋਂ ਬੈਠੇ ਜਦੋਂ ਪਵਿੱਤਰ ਹੋ ਕੇ ਸਮਝਣ अच्छी रीति समझन ਲਈ 7 ਰੋਜ ਪਠੀ ਵਿੱਚ ਬਹਿਣਾ ਪਵੇ ਭਾਗਵਤ ਆਦਿ ਵੀ ਤਾਂ 7 ਰੋਜ ਰੱਖਦੇ ਨੇ ਕੋਈ ਤਾਂ 7 ਦਿਨ ਵਿੱਚ ਹੀ ਚੰਗੀ ਰੀਤੀ ਸਮਝ ਲੈਂਦੇ ਨੇ ਕੋਈ ਤਾਂ ਕਹਿ ਦਿੰਦੇ ਸਾਡੀ ਬੁੱਧੀ ਵਿੱਚ ਤਾਂ ਕੁਛ ਵੀ ਨਹੀਂ ਬੈਠਿਆ ਉੱਚ ਪਦ ਨਹੀਂ ਪਾਣਾ ਹੋਏਗਾ ਤਾਂ ਬੁੱਧੀ ਵਿੱਚ ਕੁਛ ਬੈਠੇਗਾ ਨਹੀਂ ਅੱਛਾ ਫਿਰ ਵੀ ਕਲਿਆਣਤਾ ਹੋਇਆ ਨਾ ਪ੍ਰਜਾ ਤਾਂ ਐਵੇਂ ਹੀ ਬੰਦੀ ਹੈ ਬਾਕੀ ਰਾਜ ਭਾਗਿਆ ਲੈਨ ਵਿੱਚ ਹੀ ਮਿਹਨਤ ਹੈ ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਹੁਣ ਕਰੋ ਜਾਂ ਨਾ ਕਰੋ ਪਰੰਤੂ ਬਾਪ ਦਾ ਤਾਂ ਡਾਇਰੈਕਸ਼ਨ ਨੇ ਪਿਆਰੀ ਵਸਤੂ ਨੂੰ ਯਾਦ ਕੀਤਾ ਜਾਂਦਾ ਹੈ ਨਾ ਭਗਤੀ ਮਾਰਗ ਵਿੱਚ ਵੀ ਕਹਿੰਦੇ ਨੇ ਕਿ हे पतित पाਵਨਾਓ ਹੁਣ ਉਹ ਮਿਲਿਆ ਹੈ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਕਟ ਉੱਤਰ ਜਾਏਗੀ ਬਾਦਸ਼ਾਹੀ ਐ ਥੋੜਾ ਹੀ ਮਿਲ ਜਾਊਗੀ ਯਾਦ ਵਿੱਚ ਵੀ ਥੋੜੀ ਮਿਹਨਤ ਨੇ ਬੋਧ ਯਾਦ ਕਰਨ ਵਾਲੇ ਹੀ ਕਰਮਾ ਤੀਤ ਅਵਸਥਾ ਨੂੰ ਪਾ ਸਕਦੇ ਨੇ ਪੂਰਾ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਯੋਗ ਬਲ ਨਾਲ ਹੀ ਵਿਕਰਮਾ ਜੀਤ ਬਨਣਾ ਹੈ ਲక్ష్ਮੀ ਨਾਰਾਇਣ ਐਨੇ ਪਵਿੱਤਰ ਕਿਵੇਂ ਬਣੇ ਜਦੋਂ ਕਿ ਕਲਯੁਗ ਦੇ ਅੰਤ ਵਿੱਚ ਕੋਈ ਵੀ ਪਵਿੱਤਰ ਨਹੀਂ ਹੈਗਾ ਇਸ ਸਮੇਂ ਗੀਤਾ ਗਿਆਨ ਦਾ ਐਪੀਸੋਡ ਰਿਪੀਟ ਹੋ ਰਿਹਾ ਨੇ ਸ਼ਿਵ ਭਗਵਾਨ ਨੂੰ ਆਚ ਪੁੱਲੇ ਤਾਂ ਸਾਰਿਆਂ ਤੋਂ ਹੀ ਹੁੰਦੀ ਰਹਿੰਦੀ ਹੈ ਹੈ ਭਗਵਾਨ ਕੀ ਕਹਿੰਦੇ ਐ ਵੀ ਗਲਤੀਆਂ ਤਾਂ ਪੁੱਲਾਂ ਤਾਂ ਸਾਰਿਆਂ ਤੋਂ ਹੀ ਹੁੰਦੀਆਂ ਰਹਿੰਦੀਆਂ ਨੇ ਤੇ ਮੈਂ ਆ ਕੇ ਸਾਰਿਆਂ ਨੂੰ ਅਭੁੱਲ ਬਣਾੰਦਾ ਹਾਂ ਭਾਰਤ ਦੇ ਜੋ ਵੀ ਸ਼ਾਸਤਰ ਨੇ ਇਹ ਸਭ ਨੇ ਪਗਤੀ ਮਾਰਗ ਦੇ ਬਾਪ ਕਹਿੰਦੇ ਨੇ ਮੈਂ ਜੋ ਕੁਝ ਵੀ ਕੀਤਾ ਸੀ ਉਹ ਕਿਸੇ ਨੂੰ ਪਤਾ ਹੀ ਨਹੀਂਗਾ ਜਿਨ੍ਹਾਂ ਨੇ ਮੇਰੇ ਦੁਆਰਾ ਸੁਨਿਆ ਉਹਨਾਂ ਨੇ ਤਾਂ 21 ਜਨਮਾਂ ਦੀ ਪਰਲব্ধ ਪਾਈ ਫਿਰ ਗਿਆਨ ਪ੍ਰਾਇਲੋਪ ਹੋ ਗਿਆ ਤੁਸੀਂ ਵੀ ਚੱਕਰ ਲਗਾਏ ਫਿਰ ਹੁਣ ਗਿਆਨ ਸੁਣ ਰਹੇ ਹੋ अच्छा मीठे मीठे सिक्की लदे बच्चों प्रति मात पिता बाप दादा दा, याद प्यार ते गुड मॉर्निंग रूहानी बाप की रूहानी बच्चों नमस्ते रूहानी बच्चों दी रूहानी बाप दादा जी नू याद प्यार गुड मॉर्निंग ते नमस्ते शुक्रिया बाबा शुक्रिया फिर धारना मुख्य सार है पहला है सच्चा सच्चा ਖੁਦਾਈ ਖਿਦਮਤਗਾਰ ਬਣ ਸਾਰੀਆਂ ਰੂਹਾਂ ਨੂੰ ਸੈਲਵੇਜ਼ ਕਰਨ ਦੀ ਸੇਵਾ ਕਰਨੀ ਹੈ 바ਵਾ ਕਹਿੰਦੇ ਸੱਚਾ ਸੱਚਾ ਖੁਦਾਈ ਖਿਦਮਤਗਾਰ ਬਣ ਸਾਰੀਆਂ ਰੂਹਾਂ ਨੂੰ ਮਨ ਸਾਰੀਆਂ ਆਤਮਾਵਾਂ ਨੂੰ ਮਾਇਆ ਤੋਂ ਸੈਲਵੇਜ਼ ਕਰਨ ਦੀ ਸੇਵਾ ਕਰਨੀ ਹੈ ਸਾਰਿਆਂ ਦਾ ਕਲਿਆਣ ਕਰਨਾ ਹੈ ਸਾਰਿਆਂ ਨੂੰ ਬਾਪ ਦਾ ਪਰਿਚੇ ਦੇਣਾ ਹੈ ਦੂਸਰਾ ਪਿਆਰੀ ਤੇ ਪਿਆਰੀ ਵਸਤੂ ਬਾਪ ਨੂੰ ਪਿਆਰ ਨਾਲ ਯਾਦ ਕਰਨਾ ਹੈ ਬਨੇ ਬਨਾਏ ਡਰਾਮਾ ਤੇ ਅਟਲ ਰਹਿਣਾ ਹੈ ਵਿਗਨਾ ਵਿੱਚ ਕਬਰਾਨਾ ਨਹੀਂ ਹੈ ਵਰਦਾਨ ਹੈ ਮੈਪਨ ਦੇ ਬੋਝ ਨੂੰ ਸਮਾਪਤ ਕਰ ਪ੍ਰਤੱਖ ਫਲ ਦਾ ਅਨੁਭਵ ਕਰਨ ਵਾਲੇ ਬਾਲਕਸੋ مالکਭਾ ਮਾਪਨ ਦੇ ਬੋਝ ਨੂੰ ਸਮਾਪਤ ਕਰ ਪ੍ਰਤੱਖ ਫਲ ਦਾ ਅਨੁਭਵ ਕਰਨ ਵਾਲੇ ਬਾਲਕਸੋ ਮਾਲਿਕ ਭਾਵ ਜਦੋਂ ਕਿਸੇ ਵੀ ਪ੍ਰਕਾਰ ਦਾ ਮਾਪਨ ਆ ਜਾਂਦਾ ਹੈ ਤਾਂ ਬੋਝ ਸਿਰ ਤੇ ਆ ਜਾਂਦਾ ਹੈ ਲੇਕਿਨ ਜਦੋਂ ਬਾਪ ਆਫਰ ਕਰ ਰਹੇ ਨੇ ਕਿ ਸਭ ਬੋਝ ਮੈਨੂੰ ਦੇ ਦੋ ਤੁਸੀਂ ਸਿਰਫ ਨੱਚੋ ਉੱਡੋ फिर यह क्वेश्चन क्यों कि सर्विस किए होगी भाषण किए करा तुम सिर्फ नियमित समझ के कनैक्शन हाउस न जोड़ के बैठ जाओ दिल शिक्स्त नहीं बनो तो बाप दादा सब कुछ स्वते ही करा दे बालक सो मालिक समझ के श्रेष्ठ स्टेज उत्तर स्थित रहो ਤਬ ਪ੍ਰਤੱਖ ਫਲ ਦੀ ਅਨੁਭੂਤੀ ਕਰਦੇ ਰਵਾਂਗੇ। ਬਾਬਾ ਕਹਿੰਦੇ ਬਾਲਕ ਸੋ ਮਾਲਿਕ ਸਮਝ ਕੇ ਸ੍ਰੇਸ਼ਟ ਸਟੇਜ ਉੱਤੇ ਸਥਿਤ ਰਹੋ ਤਬ ਪ੍ਰਤੱਖ ਫਲ ਦੀ ਅਨੁਭੂਤੀ ਕਰਦੇ ਰਵਾਂਗੇ। ਸਲੋਗਨ ਹੈ ਗਿਆਨਦਾਨ ਦੇ ਨਾਲ ਨਾਲ ਗੁਣਦਾਨ ਕਰੋ ਤਾਂ ਸਫਲਤਾ ਮਿਲਦੀ ਰਹੂਗੀ। ਗਿਆਨਦਾਨ ਦੇ ਨਾਲ ਨਾਲ गुणदान ਕਰੋ ਤਾਂ સફળਤਾ ਮਿਲਦੀ ਰਹੂਗੀ ਅੱਛਾ ਓਮ ਸ਼ਾਂਤੀ